ਇਹ ਪ੍ਰੋਗਰਾਮ ਪ੍ਰਾਈਮ ਏਸ਼ੀਆ ਟੀਵੀ ਦੀ ਪ੍ਰਾਪਰਟੀ ਹੈ। ਇਸ ਦੇ ਕੰਟੈਂਟ ਨੂੰ ਆਡੀਓ ਜਾਂ ਫਿਰ ਵੀਡੀਓ ਰੂਪ ਵਿੱਚ ਚੋਰੀ ਕਰਕੇ ਯੂਟਿਊਬ, ਫੇਸਬੁੱਕ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਵਰਤਣਾ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਹੈ। ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮਲਕੀਤ ਸਿੰਘ ਸਰੈਨ ਵੱਲੋਂ ਨਿੱਘੀ ਜੀ ਆਇਆਂ। ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਪ੍ਰਾਈਮ ਐਨਾਲਿਸਿਸ ਪ੍ਰੋਗਰਾਮ ਦੇ ਵਿੱਚ ਕ੍ਰਿਸਟੀ ਕਲਾਰਕ ਬਾਰੇ, ਜੇ ਜਿਹੜੇ ਕਿ ਹੁਣ ਰਾਜਨੀਤਿਕ ਹਾਸ਼ੀਏ 'ਤੇ ਆ ਗਏ ਹਨ। ਉਹਨਾਂ ਨੇ ਇਸ ਚੋਣਾਂ ਦੇ ਵਿੱਚ ਕੋਈ ਬਾਹਲਾ ਵਧੀਆ ਪ੍ਰਦਰਸ਼ਨ ਨਹੀਂ ਸੀ ਕੀਤਾ। ਉਹਨਾਂ ਦੀ ਪਾਰਟੀ ਹੁਣ ਅਪੋਜੀਸ਼ਨ ਦੇ ਵਿੱਚ ਆ ਗਈ ਹੈ। ਕੱਲ੍ਹ ਦੀ ਜਿਹੜੀ ਤਾਜ਼ਾ ਘਟਨਾਕ੍ਰਮ ਦੇ ਮੁਤਾਬਕ ਉਹਨਾਂ ਨੇ ਲੋਅ ਪ੍ਰੋਫਾਈਲ ਲਾਈਫ ਦੇ ਵਿੱਚ ਜਾਣ ਦਾ ਫੈਸਲਾ ਕੀਤਾ ਔਰ ਉਹਨਾਂ ਨੇ ਇਹਦੀ ਵਜ੍ਹਾ ਦਿੱਤੀ ਹੈ ਕਿ ਉਹ ਆਪਣੇ ਬੱਚੇ ਦਾ ਹੋਮਵਰਕ ਦੇਖਿਆ ਕਰਨਗੇ ਔਰ ਨਾਲ ਦੀ ਨਾਲ ਗਾਰਡਨਿੰਗ ਕਰਿਆ ਕਰਨਗੇ। ਇਸ ਗੱਲ ਬਾਰੇ ਆਪਾਂ ਚਰਚਾ ਕਰਦੇ ਹਾਂ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਹੁਣ ਦੇ ਨਾਲ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ। ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਜਿਹੜਾ ਉਹਨਾਂ ਨੇ ਲੋਅ ਪ੍ਰੋਫਾਈਲ ਲਾਈਫ ਜਿਉਣ ਦਾ ਫੈਸਲਾ ਕੀਤਾ ਉਹਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ ਜੀ? ਅਮਰਕੀਤ ਸਿੰਘ ਜੀ, ਪਹਿਲੀ ਗੱਲ ਤਾਂ ਉਹਨਾਂ ਨੇ ਲਾਈਫ ਦਾ ਪੈਟਰਨ ਨੂੰ ਚੇਂਜ ਕਰਨ ਦਾ ਫੈਸਲਾ ਕੀਤਾ ਜੀ। ਉਹ ਕਹਿੰਦੇ ਹੁਣ ਤੱਕ ਜਿਹੜੀ ਮੇਰੀ ਪੋਲੀਟੀਕਲ ਲਾਈਫ ਸੀ, ਪਬਲਿਕ ਲਾਈਫ ਸੀ, ਉਹਦੇ ਤੋਂ ਮੈਂ ਤਿਆਗ ਲੈ ਰਹੀ ਹਾਂ, ਇੱਕ ਤਰ੍ਹਾਂ ਦਾ ਇੱਕ ਨਵੀਂ ਕਿਸਮ ਦੀ ਲਾਈਫ ਨੂੰ ਜਿਉਣ ਦੀ ਕੋਸ਼ਿਸ਼ ਕਰ ਰਹੀ ਹਾਂ ਜੀ। ਉਹ ਕਹਿੰਦੇ ਵੀ ਉਹਨਾਂ ਨੇ ਕਾਫੀ ਕੁਝ ਕਿਹਾ, ਕੱਲ੍ਹ ਜਿਹੜੀ ਉਹਨਾਂ ਨੇ ਇੰਟਰਵਿਊ ਦਿੱਤੀ ਹੈ ਉਸ ਦੇ ਵਿੱਚ ਕਾਫੀ ਗੱਲਾਂ ਇਸ ਟਾਈਪ ਦੀਆਂ ਕੀਤੀਆਂ ਕਿ ਮੈਂ ਕੀ ਕਰਨਾ ਅਤੇ ਮੈਂ ਇਹ ਫੈਸਲਾ ਕਿਉਂ ਲਿਆ ਹਨ ਜੀ। ਉਹਨਾਂ ਦੇ ਹਿਸਾਬ ਦੇ ਨਾਲ ਵੀ ਹਰ ਇੱਕ ਲੀਡਰ ਨੂੰ ਪਤਾ ਹੁੰਦਾ ਕਿ ਕਿਹੜੇ ਟਾਈਮ ਦੇ ਉੱਤੇ ਉਸਨੇ ਲੀਡਰਸ਼ਿਪ ਛੱਡਣੀ ਹੈ, ਫਿਰ ਉਹ ਲੀਡਰ ਕਾਹਦਾ ਹੋ ਜਾਏ ਉਹਨੂੰ ਪਤਾ ਹੀ ਨਾ ਹੋਵੇ। ਕਹਿੰਦਾ ਹੁਣ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਹੁਣ ਉਹ ਸਮਾਂ ਆ ਗਿਆ ਕਿ ਮੈਨੂੰ ਹੁਣ ਇਹ ਪਬਲਿਕ ਲਾਈਫ 'ਚੋਂ ਨਿਕਲ ਜਾਣਾ ਚਾਹੀਦਾ ਅਤੇ ਐਜ ਏ ਲੀਡਰ ਕਹਿੰਦੇ ਮੈਨੂੰ ਇਹ ਸਮਝ ਆ ਗਈ ਹੈ ਹੁਣ, ਅਤੇ ਇਸ ਕਰਕੇ ਮੈਂ ਉਸ ਪਬਲਿਕ ਲਾਈਫ ਨੂੰ ਹੁਣ ਤਿਆਗਣ ਦਾ ਫੈਸਲਾ ਕਰ ਲਿਆ। ਕਹਿੰਦੇ ਇਹਦੇ ਬਾਰੇ ਪਹਿਲਾਂ ਵੀ ਬਹੁਤ ਸਾਰੇ ਮੌਕੇ ਸੀ ਜਦੋਂ ਮੇਰੇ ਮਨ ਇਹ ਕਹਿੰਦਾ ਸੀ ਕਿ ਤੂੰ ਹੁਣ ਛੱਡ ਦੇ ਜੀ। ਕਹਿੰਦਾ ਜਦੋਂ ਮਈ ਦੀ ਇਲੈਕਸ਼ਨ ਦੇ ਵਿੱਚ ਸਾਡੀ ਪਾਰਟੀ ਨੂੰ ਹਾਰ ਹੋਈ, ਅਸੀਂ 44 ਸੀਟਾਂ ਤੋਂ ਇੱਕ ਸੀਟ ਘੱਟ ਰਹਿ ਗਏ ਜਿਤਨਾ ਸਕੇ, ਉਦੋਂ ਵੀ ਮੈਂ ਸੋਚਿਆ ਸੀ ਵੀ ਮੈਂ ਪਾਰਟੀ ਦਾ ਅਹੁਦਾ ਛੱਡ ਦੇਵਾਂ, ਪਰ ਮੇਰੀ ਕਾਕਸ ਨੇ ਮੈਨੂੰ ਛੱਡਣ ਨਹੀਂ ਦਿੱਤਾ ਜੀ। ਦੂਜੀ ਵਾਰੀ ਕਹਿੰਦੇ ਮੌਕਾ ਉਹ ਸੀ ਜਦੋਂ ਅਸੀਂ ਸਪੀਚ ਦਿੱਤੀ ਥਰੋਨ ਸਪੀਚ ਤੋਂ ਬਾਅਦ, ਨੋ ਕਨਫੀਡੈਂਸ ਦਾ ਮੋਸ਼ਨ ਹਾਰ ਗਏ ਜੀ। ਹਾਰਨ ਤੋਂ ਬਾਅਦ ਕਹਿੰਦਾ ਵੀ ਫਿਰ ਮੈਂ ਕਿਹਾ ਸੀ ਪਾਰਟੀ ਨੂੰ ਵੀ ਹੁਣ ਮੇਰਾ ਮੌਕਾ, ਮੈਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ। ਕਹਿੰਦਾ ਫਿਰ ਸਾਡੀ ਕਾਕਸ ਵਾਲਿਆਂ ਨੇ ਕਿ ਨਹੀਂ, ਹਾਲੇ ਤੁਸੀਂ ਪਾਰਟੀ ਨਹੀਂ ਛੱਡਣੀ, ਦਿਸ ਇਜ਼ ਨੋਟ ਅ ਗੁੱਡ ਟਾਈਮ ਜੀ। ਉਹ ਕਹਿੰਦੇ ਲੀਡਰ ਨੂੰ ਫਿਰ ਇਹ ਅਹਿਸਾਸ ਹੋਣਾ ਚਾਹੀਦਾ ਕਿ ਵਟ ਇਜ਼ ਦਾ ਗੁੱਡ ਟਾਈਮ ਐਂਡ ਵਟ ਇਜ਼ ਦਾ ਬੈਡ ਟਾਈਮ। ਉਹ ਬੈਡ ਟਾਈਮ ਸੀ ਕਹਿੰਦੀ ਮੈਂ ਹੁਣ ਮਹਿਸੂਸ ਕੀਤਾ, ਕਿਉਂਕਿ ਉਸ ਵੇਲੇ ਬਿਲਕੁਲ ਹਾਲੇ ਨਵੀਆਂ ਅਪਾਇੰਟਮੈਂਟਸ ਕਰਨੀਆਂ ਸੀ, ਬਹੁਤ ਕੁਝ ਕਰਨ ਵਾਲਾ ਸੀ, ਅਤੇ ਹੁਣ ਉਹ ਸਮਾਂ ਆ ਗਿਆ ਮੇਰੇ ਲਈ ਵੀ ਅਤੇ ਪਾਰਟੀ ਲਈ ਵੀ ਇਹ ਚੰਗਾ ਹੋਊਗਾ ਕਿ ਮੈਂ ਇਸ ਅਹੁਦੇ ਨੂੰ ਛੱਡ ਦੇਵਾਂ। ਅਤੇ ਇਹ ਤਾਂ ਹੈਗਾ ਉਹਨਾਂ ਦਾ ਆਪਦਾ ਵਰਜਨ ਜੀ ਕਿ ਵਾਕਈ ਉਹਨਾਂ ਨੇ ਇਸ ਲਈ ਅਹੁਦੇ ਨੂੰ ਛੱਡਿਆ ਕਿ ਉਹ ਆਪਣੇ ਬੱਚੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਨੇ ਜਾਂ ਉਹ ਗਾਰਡਨਿੰਗ ਕਰਨਾ ਚਾਹੁੰਦੇ ਨੇ। ਇਹ ਜਿਹੜੀ ਗੱਲ ਨੇ ਇਹਦੇ 'ਤੇ ਹਾਲੇ ਬਹੁਤਾ ਯਕੀਨ ਨਹੀਂ ਕੀਤਾ ਜਾ ਸਕਦਾ। ਇਹ ਪੋਸੀਬਿਲਿਟੀ ਜਿਹਨੇ ਉਹਨਾਂ ਨੇ ਅਹੁਦਾ ਕਿਉਂ ਛੱਡਿਆ, ਜੇ ਇਹਨੂੰ ਅਸੀਂ ਰਾਜਨੀਤਿਕ ਕਾਰਨਾਂ ਪੱਖੋਂ ਦੇਖੀਏ, ਮੈਨੂੰ ਇਹ ਲੱਗਦਾ ਹੈ ਕਿ ਕ੍ਰਿਸਟੀ ਕਲਾਰਕ ਦੇ ਕੋਲ ਇਸ ਵੇਲੇ ਕੋਈ ਅਲਟਰਨੇਟਿਵ ਨਹੀਂ ਸੀ, ਉਹਨਾਂ ਨੂੰ ਛੱਡਣਾ ਹੀ ਪੈਣਾ ਸੀ, ਭਾਵੇਂ ਥੋੜ੍ਹਾ ਬਹੁਤ ਅੱਗੇ ਪੜ ਕੇ ਛੱਡ ਲੈਂਦੇ ਜਾਂ ਹੁਣ ਛੱਡ ਦਿੰਦੇ, ਕਿਉਂਕਿ ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਬਹੁਤ ਲੋਅ ਚਲੀ ਗਈ ਸੀ ਇਲੈਕਸ਼ਨ ਤੋਂ ਬਾਅਦ। ਇਲੈਕਸ਼ਨ ਦੇ ਵਿੱਚ ਅਸੀਂ ਕਹਿੰਦੇ ਕਿ ਬਰਾਬਰ ਦੀ ਕ੍ਰੈਡੀਬਿਲਿਟੀ ਸੀ, ਪਰ ਇਲੈਕਸ਼ਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਉਹਨਾਂ ਨੇ BC ਦੀ ਪੋਲੀਟਿਕਸ ਦੇ ਵਿੱਚ ਬਿਹੇਵ ਕੀਤਾ, ਉਹ ਤੋਂ ਉਹਨਾਂ ਦੀ ਕ੍ਰੈਡੀਬਿਲਿਟੀ ਲੋਅ ਗਈ। ਸਭ ਤੋਂ ਲੋਅ ਉਸ ਟਾਈਮ 'ਤੇ ਗਈ ਜਦੋਂ ਉਹਨਾਂ ਨੇ ਆਪਣੀ ਥਰੋਨ ਸਪੀਚ ਤਿਆਰ ਕੀਤੀ। ਉਹ ਥਰੋਨ ਸਪੀਚ ਦੇ ਵਿੱਚ ਉਹਨਾਂ ਨੇ ਉਹ ਗੱਲਾਂ ਇੰਟਰ ਕਰ ਲਈਆਂ ਜਿਨ੍ਹਾਂ ਦੀ ਕਿ ਇਲੈਕਸ਼ਨ ਦੇ ਟਾਈਮ 'ਤੇ ਉਹ ਵਿਰੋਧਤਾ ਕਰਦੇ ਸੀ, ਆਲੋਚਨਾ ਕਰਦੇ ਸੀ, ਉਹ ਸਾਰੀਆਂ ਗੱਲਾਂ ਉਹਨਾਂ ਨੇ ਥਰੋਨ ਸਪੀਚ 'ਚ ਪਾ ਲਈਆਂ। ਇਹ ਕਈ ਵਾਰੀ ਤਾਂ ਕੁਝ ਵਿਦਵਾਨਾਂ ਨੇ ਇਹ ਵੀ ਕਿਹਾ ਕਿ ਉਹ ਤਾਂ NDP ਦੇ ਪਲੇਟਫਾਰਮ ਦੇ ਕਾਪੀ ਕਰਕੇ ਇਹਨਾਂ ਨੇ ਉਹਦੇ 'ਤੇ ਪੇਸਟ ਕਰ ਦਿੱਤੀ। ਉਹਦੇ 'ਚ ਰਾਜਨੀਤੀ ਸੀ ਕਿ ਹਾਂ ਜੇ ਮੈਂ ਇਹ ਸਾਰੀਆਂ ਗੱਲਾਂ ਲੈ ਲੈਂਦੀ ਹਾਂ NDP ਵਾਲੀਆਂ ਤਾਂ NDP ਵਾਲੇ ਵਿਰੋਧ ਕਿਵੇਂ ਕਰਨਗੇ, ਸ਼ਾਇਦ ਅਸੀਂ ਨੋ ਕੰਫੀਡੈਂਸ ਜਿੱਤ ਜਾਈਏ। ਇਹ ਉਹਦਾ ਇੱਕ ਵਹਿਮ ਸੀ ਜਿਹੜਾ ਕਿ ਪੂਰਾ ਨਹੀਂ ਹੋਇਆ। ਇਹਦਾ ਭਾਵ ਉਹਨਾਂ ਦੀ ਇੱਕ ਰਾਜਨੀਤਿਕ ਸ਼ਕਤੀ ਜਾਂ ਸੱਤਾ 'ਤੇ ਬਣੇ ਰਹਿਣ ਦੀ ਭੁੱਖ ਸੀ ਜਿਹੜੀ ਕਿ ਪੂਰੀ ਨਾ ਹੋਈ। ਦੂਜੀ ਗਲਤੀ ਉਹਨਾਂ ਨੇ ਕੀਤੀ ਕਿ ਜਦੋਂ ਥਰੋਨ ਸਪੀਚ ਦੇ ਵਿੱਚ ਹਾਰ ਗਏ, ਉਸ ਤੋਂ ਬਾਅਦ ਉਹਨਾਂ ਨੇ ਲੈਫਟੀਨੈਂਟ ਗਵਰਨਰ ਨੂੰ ਮਿਲਣ ਜਾਣਾ ਹੈ, ਉੱਥੇ ਜਾ ਕੇ ਅਸਤੀਫਾ ਸੌਂਪਣਾ ਹੈ, ਤਾਂ ਪਹਿਲਾਂ ਉਹ ਕਹਿੰਦੇ ਰਹੇ ਕਿ ਮੈਂ ਇਲੈਕਸ਼ਨ ਨਹੀਂ ਚਾਹੁੰਦੀ, ਮੈਂ ਚਾਹੁੰਦੀ ਹਾਂ ਕਿ BC ਦੇ ਵਿੱਚ ਇੰਨੀ ਛੇਤੀ ਇਲੈਕਸ਼ਨ ਨਾ ਹੋਵੇ, ਮੈਂ ਨਹੀਂ ਰਿਕਮੈਂਡ ਕਰਾਂਗੀ ਲੈਫਟੀਨੈਂਟ ਗਵਰਨਰ ਨੂੰ ਕਿ ਉਹ ਦੁਬਾਰਾ ਇਲੈਕਸ਼ਨ ਕਰਵਾਉਣ ਜੀ। ਉੱਥੇ ਜਾ ਕੇ ਅਸਤੀਫਾ ਦੇਣ ਦੇ ਨਾਲ ਉਹਨਾਂ ਨੇ ਰਿਕਮੈਂਡ ਕੀਤਾ ਕਿ ਮੈਂ ਰਿਕਮੈਂਡ ਕਰਦੀ ਹਾਂ ਕਿ ਇਲੈਕਸ਼ਨ ਦੁਬਾਰੇ ਕਰਾਈਆਂ ਜਾਣ, ਇਹਨੂੰ ਭੰਗ ਕਰ ਦਿੱਤਾ ਜਾਵੇ ਅਸੈਂਬਲੀ ਨੂੰ। ਇਹ ਦੂਜੀ ਗਲਤੀ ਕੀਤੀ, ਇਹਦਾ ਭਾਵ ਇਹਦੇ ਨਾਲ ਉਹਨਾਂ ਦੀ ਕ੍ਰੈਡੀਬਿਲਟੀ ਲੋਅ ਹੋਈ ਕਿ ਕਹਿੰਦੇ ਕੁਛ ਨੇ ਕਰਦੇ ਕੁਛ ਨੇ, ਤਾਂ ਉਹ ਇਹੀ ਪੋਜੀਸ਼ਨ ਦੇ ਵਿੱਚ, ਇਹ ਪੋਜੀਸ਼ਨ ਜਦੋਂ ਇਹੋ ਜਿਹੀ ਬਣ ਗਈ ਤਾਂ ਹੁਣ ਉਹਨਾਂ ਕੋਲ ਇੱਕ ਸਵਾਲ ਪੈਦਾ ਹੋ ਗਿਆ ਕਿ ਜੇ ਉਹ ਲਿਬਰਲ ਪਾਰਟੀ ਦੇ ਲੀਡਰ ਰਹਿੰਦੇ ਨੇ
ਤਾਂ ਆਈਡੀਆਲੋਜੀ ਕਿਹੜੀ ਅਡੋਪਟ ਕਰਨਗੇ ਕਿ ਉਹ ਆਈਡੀਆਲੋਜੀ ਅਡੋਪਟ ਕਰਨਗੇ ਜਦੋਂ ਕਿ ਸੈਂਟਰ ਰਾਈਟ ਵਾਲੀ ਆਈਡੀਆਲੋਜੀ ਇਹਨਾਂ ਦੀ ਕੰਜ਼ਰਵੇਟਿਵ ਅਤੇ ਲਿਬਰਲ ਪਾਰਟੀ ਦੀ ਆਈਡੀਆਲੋਜੀ ਹੈ ਉਹ ਤਾਂ ਛੱਡ ਚੁੱਕੇ ਨੇ ਤਾਂ ਫਿਰ ਕੀ NDP ਵਾਲੀ ਆਈਡੀਆਲੋਜੀ ਅਡੋਪਟ ਕਰਨਗੇ ਉਹ NDP ਕੋਲੇ ਹੈਗੀ ਇਹਨਾਂ ਦੀ ਕਿਹੜੀ ਆਈਡੀਆਲੋਜੀ ਹੋਊਗੀ ਤਾਂ ਲਿਬਰਲ ਪਾਰਟੀ ਨੂੰ ਨਵੀਂ ਆਈਡੀਆਲੋਜੀ ਕਿਹੜੀ ਲੈ ਕੇ ਚੱਲੀ ਜਾਊਗੀ ਕਿ ਲੀਡਰ ਕੀ ਕਹੂਗਾ ਜੇ ਤਾਂ ਉਹ ਪਿੱਛੇ ਮੁੜਦੇ ਨੇ ਤਾਂ ਲੋਕ ਕਹਿਣਗੇ ਕਿ ਸਵਾਰਥੀ ਸੀ ਜੇ ਉਹ ਅੱਗੇ ਚੱਲਦੇ ਨੇ ਕਿ ਮੈਂ ਤਾਂ NDP ਵਾਲੀ ਆਈਡੀਆਲੋਜੀ ਨੂੰ ਅਡੋਪਟ ਕਰਨਾ ਤਾਂ ਫਿਰ ਉਹ ਜਿਹੜੀ ਰਾਈਟ ਉਹਨਾਂ ਦੀ ਸੋਚ ਹੀ ਖਤਮ ਹੋ ਜਾਂਦੀ ਸੈਂਟਰ ਰਾਈਟ ਵਾਲੀ ਇਸ ਕਰਕੇ ਉਹਨਾਂ ਕੋਲ ਕੋਈ ਹੱਲ ਹੀ ਨਹੀਂ ਰਹਿ ਜਾਂਦਾ ਸੀ ਸਵਾਏ ਅਸਤੀਫਾ ਦੇਣ ਤੋਂ ਇੱਕ ਤਾਂ ਇਹ ਪੱਖ ਹੈ ਜੀ ਦੂਜਾ ਪੱਖ ਇਹ ਵੀ ਹੈ ਦੋ ਘਟਨਾਕ੍ਰਮ ਉੱਥੇ ਵਾਪਰਦੇ ਨੇ ਐਟ ਏ ਟਾਈਮ ਕਿ ਇੱਕ ਦੋ ਦਿਨ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਹਦੇ ਨਾਲ ਹੀ ਇਹਨਾਂ ਦੇ ਅਸਤੀਫੇ ਦੇ ਨਾਲ ਦੀਆਂ ਰਲਦੀਆਂ ਗੱਲਾਂ ਨੇ ਉਹ ਕਿ ਪੀਅਰਸਨ ਵਾਲੇ ਫੈਸਲਾ ਲੈਂਦੇ ਨੇ ਕਿ ਅਸੀਂ ਇੱਥੋਂ ਦਾ ਜਿਹੜਾ LNG ਪ੍ਰੋਜੈਕਟਾਂ ਨੂੰ ਬੰਦ ਕਰਦੇ ਹਾਂ ਅਸੀਂ ਉਹਨੂੰ ਨਹੀਂ ਚਲਾ ਸਕੇ ਉਹ ਸਾਡੇ ਲਈ ਵਾਇਬਲ ਨਹੀਂ ਹੈ ਇਕਨੋਮਿਕਲੀ ਵਾਇਬਲ ਨਹੀਂ ਉਹਨਾਂ ਨੇ ਕਿਹਾ ਹੈ ਅਤੇ ਨਾਲ ਹੀ ਇਹਨਾਂ ਨੂੰ ਇਹਨੇ ਅਸਤੀਫਾ ਦਿੱਤਾ ਬਾਈ LNG ਇਹਨਾਂ ਦਾ ਸਭ ਤੋਂ ਮੇਜਰ ਪ੍ਰੋਜੈਕਟ ਸੀ ਜਿਹਨੂੰ ਇੰਨਾ ਪ੍ਰਚਾਰਿਆ ਇਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਕਿ ਇਹਦੇ ਤੋਂ ਇੰਨੀਆਂ ਜੋਬਸ ਆਉਣਗੀਆਂ ਆਹ ਹੋਊਗਾ ਵਾਹ ਹੋਊਗਾ ਉਹ ਚਲੇ ਗਏ ਤਾਂ ਇਹਨਾਂ ਨੂੰ ਇਹ ਵੀ ਲੱਗਿਆ ਹੋਊਗਾ ਕਿ ਲੋਕ ਕਹਿਣਗੇ ਕਿ ਆਹ ਇੰਨੇ ਚਿਰ ਸਾਨੂੰ LNG ਦੇ ਪ੍ਰੋਜੈਕਟ ਦੇ ਪਿੱਛੇ ਬੇਵਕੂਫ ਬਣਾਉਂਦੇ ਰਹੇ ਮੈਡਮ ਕ੍ਰਿਸਟੀ ਕਲਾਰਕ ਜੀ ਉਹ ਤਾਂ ਭੱਜ ਵੀ ਗਏ ਤਾਂ ਹੁਣ ਲੋਕਾਂ ਕੋਲ ਕਿਹੜਾ ਮੈਨੂੰ ਲੈ ਕੇ ਜਾਊਂਗੀ ਸੋ ਉਹ ਵੀ ਇੱਕ ਕਾਰਨ ਹੋ ਸਕਦਾ ਇਹਨਾਂ ਦੇ ਮਨ ਦੇ ਉੱਤੇ ਇਫੈਕਟ ਪਾਇਆ ਹੋਵੇ ਉਹਨੇ ਕਿ ਇਹ ਜਿਹੜਾ ਉਹਨਾਂ ਦੇ ਭੱਜਣ ਦਾ ਅਤੇ ਇਹਨਾਂ ਦਾ ਆਪਸੀ ਰਿਲੇਸ਼ਨ ਹੈ ਜਿਹੜਾ ਇਹ ਵੀ ਘੋਖਣ ਵਾਲਾ ਵਿਸ਼ਾ ਆਉਣ ਵਾਲੇ ਸਮਿਆਂ ਦੇ ਵਿੱਚ ਕਿ ਐਟ ਏ ਟਾਈਮ ਕਿਉਂ ਵਾਪਰੀਆਂ ਦੋਨੇ ਗੱਲਾਂ ਸੋ ਇਹ ਵੀ ਇੱਕ ਵਿਸ਼ਾ ਹੋਊਗਾ ਜਿਹੜਾ ਇਹਨਾਂ ਨੇ ਵਿਚਾਰਨ ਦੀ ਗੱਲ ਹੋਊਗੀ ਸੋ ਇਹ ਦੋ ਤਾਂ ਵੱਡੇ ਮੇਜਰ ਕਾਰਨ ਮੈਂ ਮਹਿਸੂਸ ਕਰਦਾ ਕਿ ਇਹਨਾਂ ਨੇ ਇਸ ਕਰਕੇ ਹੁਣ ਪਾਰਟੀ ਨੂੰ ਛੱਡਿਆ ਅਤੇ ਤਾਂ ਜੋ ਮੈਂ ਲੋਕਾਂ ਕੋਲ ਕਿਹੜਾ ਮੂੰਹ ਲੈ ਕੇ ਜਾਊਂ ਕਿਹੜੇ ਸਾਹਮਣੇ ਲੈ ਕੇ ਆਊਂਗੀ ਇਸ ਤਰ੍ਹਾਂ ਦੀ ਪੋਜੀਸ਼ਨ ਬਣ ਜਾਂਦੀ ਤੁਹਾਨੂੰ ਲੱਗਦਾ ਕਿ ਇਹਨਾਂ ਦਾ ਰਾਜਨੀਤੀ ਤੋਂ ਪੱਕਾ ਐਗਜ਼ਿਟ ਹੈ ਕਿ ਬਾਹਰ ਬੈਠ ਕੇ ਅੱਛੇ ਮੌਕੇ ਜਾਂ ਰਾਈਟ ਮੌਕੇ ਦੀ ਉਹ ਤਲਾਸ਼ ਕਰਨਗੇ ਜਾਂ ਵੇਟ ਕਰਨਗੇ ਅਮਰਕੀਤ ਸਿੰਘ ਜੀ ਬੜਾ ਅੱਛਾ ਪ੍ਰਸ਼ਨ ਹੈ ਇਹ ਅਕਸਰ ਕਿਉਂਕਿ ਹੁਣ ਉਹਨਾਂ ਤਾਂ ਕਹਿਤਾ ਕਿ ਮੈਂ ਪਬਲਿਕ ਲਾਈਫ ਵੱਲ ਦੁਆਰਾ ਨਹੀਂ ਆਉਣਾ ਇਸ ਤਰ੍ਹਾਂ ਦੇ ਉਹਨੇ ਹਿੰਟ ਦਿੱਤੇ ਨੇ ਸਾਰੇ ਉਹਦੇ ਵਿੱਚ ਤਾਂ ਪਰ ਪੋਸੀਬਿਲਟੀ ਕੀ ਹੁੰਦੀ ਹੈ ਕਿ ਉਹ ਆ ਸਕਦੇ ਨੇ ਇਹਦੀਆਂ ਉਦਾਹਰਨਾਂ ਅਸੀਂ ਕਹਿ ਸਕਦੇ ਹਾਂ ਕਿ ਕ੍ਰਿਸਟੀ ਕਲਾਰਕ ਦਾ ਜੇ ਅਸੀਂ ਪੁਰਾਣਾ ਤਜਰਬਾ ਦੇਖਦੇ ਹਾਂ 1996 ਦੇ ਵਿੱਚ ਉਹ MLA ਬਣਦੇ ਨੇ ਉਦੋਂ ਚਲੋ ਵਿਰੋਧੀ ਪਾਰਟੀ ਦੀ ਸਰਕਾਰ ਸੀ ਬੜੇ ਧੂਮ ਧੜੱਕੇ ਦੇ ਨਾਲ ਉੱਥੇ ਬੋਲਦੇ ਹੁੰਦੇ ਸੀ NDP ਵਾਲਿਆਂ ਦੀ ਜਿਹੜੇ ਮਿਨਿਸਟਰ ਸੀ ਉਹਨਾਂ ਦੇ ਇੱਕ ਤਰ੍ਹਾਂ ਦੇ ਪਸੀਨਾ ਆਉਣ ਲਾ ਦਿੰਦੇ ਹੁੰਦੇ ਸੀ ਕਿਉਂਕਿ ਸ਼ੀ ਵਾਜ ਕੁਆਇਟ ਜੰਗ ਅਤੇ ਵਧੀਆ ਬੋਲਦੇ ਸੀ ਐਸੀ ਗੱਲ ਨਹੀਂ ਉਸ ਤੋਂ ਬਾਅਦ ਦੀ ਪੋਜੀਸ਼ਨ ਜਦੋਂ ਆਉਂਦੀ ਹੈ ਕਿ 2001 ਦੀ ਇਲੈਕਸ਼ਨ ਫਿਰ ਜਿੱਤਦੇ ਨੇ ਗੋਰਡਨ ਕੈਂਬਲ ਦੇ ਨਾਲ ਮੰਤਰੀ ਬਣਦੇ ਆ ਪਹਿਲਾਂ ਐਜੂਕੇਸ਼ਨ ਦੇ ਮਿਨਿਸਟਰ ਬਣਨ ਦੇ ਬਾਅਦ 'ਚ ਇਹਨਾਂ ਨੂੰ ਡਿਪਟੀ CM ਵੀ ਬਣਾ ਦਿੱਤਾ ਜਾਂਦਾ ਅਤੇ ਡਿਪਟੀ CM ਜਦੋਂ ਅਸੀਂ ਉਹਦੇ ਨਾਲ ਹੀ ਇੱਕ ਨਵੀਂ ਸਮੱਸਿਆ ਖੜੀ ਹੋ ਜਾਂਦੀ ਹੈ ਬਾਅਦ ਦੇ ਵਿੱਚ ਕਿ ਜਿਹੜਾ ਰੇਲ ਨੂੰ BC ਰੇਲ ਨੂੰ ਪ੍ਰਾਈਵੇਟ ਕਰਨ ਦੀ ਪ੍ਰੋਬਲਮ ਆ ਗਈ ਹੈ ਨਾ ਉਹ ਬਿੱਡ ਦੇ ਵਿੱਚ ਰੌਲਾ ਪੈ ਗਿਆ ਅਤੇ ਬਿੱਡ ਦੇ ਵਿੱਚ ਕਿ ਇਹਨਾਂ ਦੇ ਭਰਾ ਆਪਣੇ ਦੋ ਪੰਜਾਬੀ ਸੀਗੇ ਉਹ 'ਚ ਬਾਸੀ ਅਤੇ ਉਹ ਦੂਜੇ ਉਹਨਾਂ ਦਾ ਵਿਰਕੋਣਾ ਦਾ ਉਹ ਰੌਲਾ ਪੈ ਗਿਆ ਉਹ ਰੌਲੇ ਤੋਂ ਬਾਅਦ ਇਹਨਾਂ ਨੇ 2004 ਦੇ ਵਿੱਚ ਰਿਜਾਈਨ ਕਰਤਾ ਪੋਲਿਟਿਕਸ ਛੱਡਤੀ ਕਿਹਾ ਤਾਂ ਇਹ ਸੀ ਉਸ ਟਾਈਮ ਦੇ ਉੱਤੇ ਪੋਲਿਟਿਕਸ ਛੱਡਣ ਦੇ ਵੇਲੇ ਕਿ ਮੈਂ ਆਪਣੇ ਬੱਚੇ ਵੱਲ ਧਿਆਨ ਦੇਣਾ ਮੈਂ ਪੋਲਿਟਿਕਸ ਛੱਡੀ ਪਰ ਉਹ ਉਸ ਕੀ ਉਹ ਸੱਚਾਈ ਸੀ ਨਹੀਂ ਉਹ ਸੱਚਾਈ ਨਹੀਂ ਸੀ ਕਈ ਲੋਕਾਂ ਨੇ ਉਦੋਂ ਆਰਟੀਕਲ ਲਿਖੇ ਹਾਂ ਜੀ ਪੋਲਿਟਿਕਸ ਛੱਡਤੀ ਵਧੀਆ ਕੀਤਾ ਇਹ ਮੁੜ ਕੇ ਪੋਲਿਟਿਕਸ 'ਚ ਨਹੀਂ ਆਉਣਗੇ ਉਹ ਤਾਂ ਜਦ ਹੀ ਅਗਲੇ ਸਾਲ ਹੀ ਫਿਰ ਉਹ ਵੈਨਕੂਵਰ ਦੀ ਮੇਅਰਸ਼ਿਪ ਦੇ ਲਈ ਟਰਾਈ ਕਰਨ ਲੱਗ ਪਏ ਕਿ ਮੈਨੂੰ ਨੋਮੀਨੇਟ ਕਰੋ ਉਦੋਂ ਜਿਹੜਾ ਐਸੋਸੀਏਸ਼ਨ ਸੀ ਉਹਨਾਂ ਦੀ ਨੌਨ ਪਾਰਟੀਜ਼ਨ ਵਾਲਿਆਂ ਦੀ ਤਾਂ ਇਹਦਾ ਭਾਵ ਰਾਜਨੀਤੀ ਨਹੀਂ ਸੀ ਛੱਡੀ ਉਸ ਤੋਂ ਉਦੋਂ ਕੋਈ ਕਾਰਨ ਸੀ ਜਿਹਦੇ ਕਰਕੇ ਉਹਨਾਂ ਜਦੋਂ ਫਿਰ ਮੌਕਾ ਮਿਲਦਾ ਕਿ ਟਾਕ ਸ਼ੋ ਹੋਸਟ ਬਣ ਗਏ ਲਾਈਮ ਲਾਈਟ 'ਚ ਰਹਾਂਗੇ ਲੋਕਾਂ ਦੇ ਨਾਲ ਜਦੋਂ ਲਿਬਰਲ ਪਾਰਟੀ ਨੂੰ ਫਿਰ ਮੌਕਾ ਮਿਲਦਾ 2010 ਦੇ ਵਿੱਚ ਗੋਰਡਨ ਕੈਂਬਲ ਦੀ ਪੋਜੀਸ਼ਨ ਆਉਂਦੀ ਹੈ ਰਿਜਾਈਨ ਕਰਦੇ ਆ ਤਾਂ ਲੀਡਰਸ਼ਿਪ ਦੀ ਜਦੋਂ ਰੇਸ ਲੱਗਣੀ ਸੀ ਇਹਨਾਂ ਨਾਲ ਸਿਰਫ ਇੱਕ MLA ਸੀ ਠੀਕ ਆ ਕੰਪੇਨਰ ਬਹੁਤ ਤਕੜੇ ਨੇ ਚਲੋ ਹਾਲਾਤ ਇਹੋ ਜਿਹੇ ਬਣੇ ਕਿ ਲੀਡਰ ਬਣ ਕੇ ਮੁੜ ਕੇ ਪੋਲਿਟਿਕਸ 'ਚ ਆਏ ਤਾਂ ਆਹ ਪੋਜੀਸ਼ਨ ਆਈ ਕਿ 6.5 ਸਾਲ ਦੇ ਕਰੀਬ 6 ਸਾਲ 4 ਮਹੀਨੇ ਉਹ ਪ੍ਰੀਮੀਅਰ ਰਹੇ ਬੜੇ ਧੜੱਲੇਦਾਰ ਰਹੇ ਐਸੀ ਗੱਲ ਨਹੀਂ ਹੈ ਪੂਰੀ ਡੋਮੀਨੈਂਸ ਰਹੀ ਉਹਨਾਂ ਦੀ ਪੋਲਿਟਿਕਸ ਦੇ ਵਿੱਚ ਤਾਂ ਹੁਣ ਦੀ ਪੋਜੀਸ਼ਨ ਵੀ ਇਹੀ ਹੈ ਕਿ ਜੇ ਕਦੇ ਮੌਕਾ ਆਉਂਦਾ ਮੰਨ ਲਓ ਲਿਬਰਲ ਪਾਰਟੀ ਨੂੰ ਲੀਡਰ ਨਹੀਂ ਮਿਲਦਾ ਇਲੈਕਸ਼ਨ ਛੇਤੀ ਆ ਜਾਂਦੀਆਂ ਨੇ ਤਾਂ ਕ੍ਰਿਸਟੀ ਕਲਾਰਕ ਨੂੰ ਦੁਬਾਰਾ ਬੁਲਾਇਆ ਜਾ ਸਕਦਾ ਹੈ ਬਿਲਕੁਲ ਉਸੇ ਤਰ੍ਹਾਂ ਨਾਲ ਜਿਵੇਂ ਕਿ ਪੀਅਰ ਟਰੂਡੋ ਨੇ ਜਦੋਂ 1979 ਦੇ ਵਿੱਚ ਅਨਾਊਂਸ ਕਰਤਾ ਕਿ ਮੈਂ ਰਾਜਨੀਤੀ ਛੱਡੀ ਜੋ ਕਲਾਰਕ ਬਣ ਗਏ ਸਾਡੇ ਪ੍ਰਾਈਮ ਮਿਨਿਸਟਰ ਉਹ PC ਦੇ ਅਤੇ ਉਹ ਮਿਨੋਰਟੀ ਗਵਰਨਮੈਂਟ ਸੀ ਟੁੱਟ ਗਈ ਟੁੱਟਣ ਤੋਂ ਬਾਅਦ ਫਿਰ ਲਿਬਰਲ ਵਾਲੇ ਫਿਰ ਗਏ ਪੀਅਰ ਆਪਣੇ ਟਰੂਡੋ ਕੋਲ ਕਿ ਤੁਸੀਂ ਵਾਪਸ ਆਓ ਜੀ ਉਹ ਵਾਪਸ ਉਹ ਕਹਿੰਦੇ ਚਲੋ ਫਿਰ ਆ ਜਾਂਦੇ ਹਾਂ ਛੱਡੀ ਹੋਈ ਪੋਲਿਟਿਕਸ 'ਚ ਦੁਆਰੇ ਆ ਗਏ ਜਿੱਤੇ ਉਦੋਂ ਬਾਅਦ ਦੀਆਂ ਜਿਹੜੀਆਂ ਉਹਨਾਂ ਦੀਆਂ ਅਚੀਵਮੈਂਟਸ ਨੇ ਜਿਵੇਂ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਆਇਆ 1982 ਦਾ ਉਹ ਅਚੀਵਮੈਂਟਸ ਬਹੁਤ ਹੀ ਵੱਡੀਆਂ ਨੇ ਸਗੋਂ ਜੀ ਤਾਂ ਉਹੀ ਪੋਜੀਸ਼ਨ ਮੈਂ ਮਹਿਸੂਸ ਕਰਦਾ ਕਿ ਕ੍ਰਿਸਟੀ ਕਲਾਰਕ ਵੀ ਦੁਬਾਰਾ ਆ ਸਕਦੇ ਹੈ ਜੇ ਇਹਨਾਂ ਨੂੰ ਕੋਈ ਵਾਇਬਲ ਜਾਂ ਉਚਿਤ ਲੀਡਰ ਲਿਬਰਲ ਪਾਰਟੀ ਨੂੰ ਨਾ ਮਿਲਿਆ ਤਾਂ ਜੀ ਹੁਣ ਕਿਸ ਹਾਲਾਤ ਦੇ ਵਿੱਚ ਉਹ ਲਿਬਰਲ ਪਾਰਟੀ ਨੂੰ ਛੱਡ ਕੇ ਗਏ ਹਨ ਔਰ ਤੁਹਾਡੇ ਹਿਸਾਬ ਨਾਲ ਲਿਬਰਲ ਪਾਰਟੀ ਦਾ ਭਵਿੱਖ ਕੀ ਹੋਵੇਗਾ ਅਮਰਕੀਤ ਸਿੰਘ ਜੀ ਜਿਸ ਤਰ੍ਹਾਂ ਨਾਲ ਹਾਲਾਤ ਬਣੇ ਨੇ ਉਹ ਹਾਲਾਤ ਕੋਈ ਬਹੁਤੇ ਅੱਛੇ ਨਹੀਂ ਹੈਗੇ ਜੀ
ਇਲੈਕਸ਼ਨ ਦੇ ਵਿੱਚ ਠੀਕ ਆ ਲਿਬਰਲ ਪਾਰਟੀ ਹਾਰੀ, ਪਰ ਉਹਨਾਂ ਦੀ ਜਿਹੜੀ ਵੋਟ ਸ਼ੇਅਰ ਸੀ ਉਹ ਦੂਜੀਆਂ ਪਾਰਟੀਆਂ ਨਾਲੋਂ ਵੱਧ ਸੀ ਜੀ। ਪਰਸੈਂਟੇਜ ਆਫ ਵੋਟ ਵੀ ਵੱਧ ਸੀ, ਫਰਕ ਭਾਵੇਂ 1500 ਵੋਟਾਂ ਦਾ ਹੀ ਸੀ ਪਰ ਵੱਧ ਸੀ, ਸੀਟਾਂ ਵੀ ਵੱਧ ਸੀ। ਇਸ ਕਰਕੇ ਲਿਬਰਲ ਪਾਰਟੀ ਕੋਈ ਮਜ਼ਬੂਰ ਇਹੋ ਜਿਹੀ ਪੋਜੀਸ਼ਨ 'ਚ ਨਹੀਂ ਸੀ ਕਿ ਇਹਨੂੰ ਮਾੜੀ ਪੋਜੀਸ਼ਨ ਕਹਿ ਸਕਦੇ ਹੋਈਏ। ਠੀਕ ਹੈ, ਇੱਕ ਸੀਟ ਘੱਟ ਗਈ ਵੱਖਰੀ ਗੱਲ ਹੈ, ਪਰ ਇਹਤੋਂ ਬਾਅਦ ਜਿਹੜੀ ਹੁਣ ਪੋਜੀਸ਼ਨ ਇਹਨਾਂ ਨੇ ਬਣਾ ਦਿੱਤੀ ਉਹ ਤੋਂ ਮੈਨੂੰ ਲੱਗਦਾ ਕਿ ਲਿਬਰਲ ਪਾਰਟੀ ਨੂੰ ਇੱਕ ਕਮਜ਼ੋਰ ਪੋਜੀਸ਼ਨ ਦੇ ਵਿੱਚ ਛੱਡ ਕੇ ਗਏ ਨੇ ਜੀ। ਪਹਿਲੀ ਗੱਲ ਤਾਂ ਕਿ ਇਹਨਾਂ ਦੀ 6.5 ਸਾਲ ਡੋਮੀਨੈਂਸ ਇੰਨੀ ਰਹੀ ਪਾਰਟੀ ਦੇ ਉੱਤੇ, ਇਹਨਾਂ ਨੇ ਸੈਕੰਡ ਲੀਡਰ ਨੂੰ ਐਮਰਜੇ ਨਹੀਂ ਹੋਣ ਦਿੱਤਾ, ਕੋਈ ਦੂਜੇ ਪੱਧਰ ਦਾ ਲੀਡਰ ਹੀ ਪੈਦਾ ਨਹੀਂ ਹੋਇਆ ਜਿਹੜਾ ਕਿ ਪਾਰਟੀ ਨੂੰ ਸੰਭਾਲਣ ਦੀ ਪੋਜੀਸ਼ਨ ਵਿੱਚ ਹੋਵੇ। ਬਹੁ ਗਿਣਤੀ ਜਿਹੜੇ ਲੀਡਰ ਕੌਕਸ ਦੇ ਵਿੱਚ ਮੈਂਬਰ ਨੇ ਉਹ ਇਹਨਾਂ ਦੇ ਜੈਸਮੈਨ ਨੇ, ਜਾਂ ਅਸੀਂ ਕੁਛ ਵੀ ਕਹਿ ਸਕਦੇ ਹਾਂ ਕਿ ਇਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਣ ਵਾਲੇ ਲੋਕ ਨੇ, ਉਹਨਾਂ 'ਚੋਂ ਲੀਡਰਸ਼ਿਪ ਦੀ ਕੁਆਲਿਟੀ ਪੈਦਾ ਨਹੀਂ ਕੀਤੀ ਜਾ ਸਕੀ, ਇੱਕ ਤਾਂ ਇਹ ਕਾਰਨ ਬਣ ਜੀ। ਦੂਜਾ, ਇਹਨਾਂ ਦੇ ਟਾਈਮ ਦੇ ਦੌਰਾਨ ਇਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ, ਜਿਹੜੇ ਕੰਜ਼ਰਵੇਟਿਵ ਲੀਡਰ ਸੀ ਪਾਰਟੀ ਦੇ ਉਹ ਇੰਨੇ ਕੁ ਖੂੰਜੇ ਲੱਗ ਗਏ ਕਿ ਉਹ ਪਾਰਟੀ ਵੀ ਨਾ ਸਹਿਕ ਦੀ ਪੋਜੀਸ਼ਨ 'ਚ ਪਹੁੰਚ ਗਈ, ਅਤੇ ਉਹ ਜਿਹੜੇ ਇਹਨਾਂ ਦੇ ਦੋਨਾਂ ਦੇ ਵਿੱਚ ਬਰਾਬਰਤਾ ਚੱਲਦੀ ਹੁੰਦੀ ਸੀ ਜਾਂ ਗਰੁੱਪ ਹੁੰਦੇ ਸੀ ਕਿ ਮਜ਼ਬੂਤੀ ਦੇ ਨਾਲ, ਉਹ ਵੀ ਕਮਜ਼ੋਰ ਹੋ ਗਏ। ਉਹਦੇ ਨਾਲ ਸਗੋਂ ਹੁਣ ਪੋਜੀਸ਼ਨ ਇਹ ਬਣ ਗਈ ਥਰੋਨ ਸਪੀਚ ਤੋਂ ਬਾਅਦ ਕਿ ਉਹ ਕੰਜ਼ਰਵੇਟਿਵ ਧੜੇ ਸੀ ਜਿਹੜੇ ਅੰਦਰ ਖਾਤੇ BC ਦੇ ਵਿੱਚ ਕੰਮ ਕਰਦੇ, ਉਹ ਥੋੜ੍ਹੇ ਮਜ਼ਬੂਤੀ ਵੱਲ ਨੂੰ ਜਾਣ ਲੱਗ ਪਏ। ਇੱਥੋਂ ਤੱਕ ਵੀ ਸੋਚਣਾ ਸ਼ੁਰੂ ਕਰ ਦਿੱਤਾ ਕਈਆਂ ਨੇ ਕਿ ਆਪਾਂ ਹੁਣ ਆਪਣੀ ਕੰਜ਼ਰਵੇਟਿਵ ਪਾਰਟੀ ਨੂੰ ਇਮਰਜ ਕਰੀਏ, ਇਹਨੂੰ ਦੁਬਾਰਾ ਉਭਾਰੀਏ, ਲਿਬਰਲ ਤਾਂ ਖਤਮ ਹੋ ਗਈ ਜੀ, ਇਹਦਾ ਭਾਵ ਡੋਮੀਨੈਂਸ ਪੋਜੀਸ਼ਨ ਦੇ ਵਿੱਚ ਆਉਣ ਦੀਆਂ, ਇਹਦਾ ਭਾਵ ਲਿਬਰਲ ਪਾਰਟੀ ਦੀ ਜਗ੍ਹਾ 'ਤੇ ਕੰਜ਼ਰਵੇਟਿਵ ਆਉਣ ਦੀਆਂ ਪੋਜੀਸ਼ਨ 'ਚ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਇੱਕ ਲਿਬਰਲ ਦੀ ਧੱਕਾ ਹੈ, ਹਾਂ ਕੰਜ਼ਰਵੇਟਿਵ ਸੋਚ ਆਉਣ ਵਾਲੀ ਇਹ ਥੋੜ੍ਹੀ ਹਾਂ ਪੱਕੀ ਗੱਲ ਹੋ ਸਕਦੀ ਹੈ। ਤੀਜੀ ਗੱਲ ਕਿ BC ਦੀ ਜਿਹੜੀ ਪੋਲੀਟਿਕਸ ਹੈ, ਇਹਦੇ ਵਿੱਚ ਜਦੋਂ ਕੋਈ ਰਾਜਨੀਤਿਕ ਪਾਰਟੀ ਖਤਮ ਹੁੰਦੀ ਹੈ ਉਹਦੇ ਲਈ ਦੁਬਾਰਾ ਆਉਣਾ ਕਾਫੀ ਮੁਸ਼ਕਲ ਹੁੰਦਾ ਹੈ ਜੀ। ਜੈਸੇ ਲਿਬਰਲ ਪਾਰਟੀ ਦੀ ਹੀ ਗੱਲ ਕਰੀਏ ਕਿ 1916 ਤੋਂ ਲੈ ਕੇ 1941 ਤੱਕ ਇਹਨਾਂ ਦੀ ਹਕੂਮਤ ਰਹੀ, ਵਿਚਲੀ ਸਿਰਫ 5 ਸਾਲ PC ਰਹੇ। 41 ਤੋਂ 52 ਤੱਕ ਕੰਜ਼ਰਵੇਟਿਵ ਅਤੇ ਲਿਬਰਲ ਮਿਲ ਕੇ ਕੋਲੀਸ਼ਨ ਗਵਰਨਮੈਂਟ ਬਣ ਗਈ। 52 ਤੋਂ ਲੈ ਕੇ 2001 ਤੱਕ ਲਿਬਰਲਾਂ ਨੂੰ ਕਿਸੇ ਨੇ ਨੇੜੇ ਨਹੀਂ ਲੱਗਣ ਦਿੱਤਾ ਜੀ। ਹੁਣ ਇਹ 16 ਸਾਲ ਰਹੇ, ਇਹਨਾਂ ਨੇ ਦੂਜਿਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਇਹ ਕੈਨੇਡਾ ਦੀਆਂ ਬਹੁਤ ਸਾਰੀਆਂ ਪ੍ਰੋਵਿੰਸਿਸ ਨੇ ਜਿਹੜੇ ਇਸ ਤਰ੍ਹਾਂ ਦੀ ਹਿਸਟਰੀ ਹੈ। ਜੇ ਹੁਣ ਲਿਬਰਲ ਪਾਰਟੀ ਹਾਸ਼ੀਏ 'ਤੇ ਚਲੀ ਗਈ, ਜਿਵੇਂ ਇਹਨੇ ਆਪਣੀ ਆਈਡੀਆਲੋਜੀ ਖਤਮ ਕੀਤੀ ਹੈ, ਤਾਂ ਹੋ ਸਕਦਾ ਕਿ ਲਿਬਰਲ ਪਾਰਟੀ ਮੁੜ ਕੇ ਨਾ ਉੱਠੇ ਇਹਦੀ ਜਗ੍ਹਾ ਦੇ ਉੱਤੇ। ਠੀਕ ਹੈ, ਇੱਕ ਰਾਈਟ ਵਿੰਗ ਪਾਰਟੀ ਉੱਠਣੀ ਉੱਠਣੀ ਹੈ, ਉਹ ਕੰਜ਼ਰਵੇਟਿਵ ਪਾਰਟੀ ਹੈ ਜਿਹੜੀ, ਉਹ ਦੁਬਾਰਾ ਇਹਦਾ ਸਥਾਨ ਲੈ ਲਵੇ, ਅਜਿਹੀਆਂ ਪੋਸੀਬਿਲਿਟੀਜ਼ ਵੀ ਬਣ ਸਕਦੀਆਂ ਨੇ। ਬਾਕੀ ਦਾ ਸਮਾਂ ਦੱਸੂਗਾ ਕਿ ਕਿਸ ਤਰ੍ਹਾਂ ਦਾ ਲੀਡਰ ਇਹਨਾਂ ਦਾ ਆਉਂਦਾ, ਅਤੇ ਉਹ ਲੀਡਰ ਕਿਵੇਂ ਆਪਣੀ ਫਿਲੋਸਫੀ ਨੂੰ ਫਿਰ ਰਾਈਟ ਵਿੰਗ ਫਿਲੋਸਫੀ ਨੂੰ ਅੱਗੇ ਲੈ ਕੇ ਆਉਂਦਾ ਅਤੇ ਲੋਕਾਂ 'ਚ ਪ੍ਰਚਾਰਦਾ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਵੱਡਮੁੱਲੀ ਜਾਣਕਾਰੀ ਦੇਣ ਲਈ। ਇਸੇ ਤਰ੍ਹਾਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।